ਤੁਸੀਂ ਦੇਖ ਰਹੇ ਹੋ ਨਵਰੰਗ ਟੀਵੀ। ਸਤਿ ਸ਼੍ਰੀ ਅਕਾਲ ਜੀ, ਮੈਂ ਨਵਰੰਗ ਟੀਵੀ ਵੱਲੋਂ ਸਰੀ ਕੈਨੇਡਾ ਤੋਂ ਤੁਹਾਡੇ ਨਾਲ ਕੁਝ ਕੋਵਿਡ-19 ਦੀ ਜਾਣਕਾਰੀ ਸਾਂਝੀ ਕਰਨਾ ਚਾਹੂੰਗੀ। ਕੁੱਲ ਹੱਲੇ ਤੱਕ ਕੈਨੇਡਾ ਦੇ ਵਿੱਚ 15,425 ਕੇਸ ਹੋ ਚੁੱਕੇ ਹਨ, ਜਿਨ੍ਹਾਂ ਦੇ ਵਿੱਚ 277 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜੇਕਰ ਗੱਲ ਕਰੀਏ BC ਦੀ ਤਾਂ ਕੁੱਲ 1203 ਕੇਸ ਹੋ ਚੁੱਕੇ ਹਨ, ਜਿਨ੍ਹਾਂ ਦੇ ਵਿੱਚ 38 ਲੋਕਾਂ ਦੀ ਮੌਤ ਹੋ ਚੁੱਕੀ ਹੈ। ਰੋਡਸ ਖਾਲੀ ਹੋ ਚੁੱਕੇ ਨੇ, ਗੁਰਦੁਆਰੇ ਖਾਲੀ ਹੋ ਚੁੱਕੇ ਨੇ, ਹਰ ਥਾਂ ਸਾਰੇ ਲੋਕ ਆਪਣੀ ਸੇਫਟੀ ਦੇ ਲਈ, ਆਪਣੀ ਸਿਕਿਉਰਿਟੀ ਦੇ ਲਈ ਘਰ ਦੇ ਵਿੱਚ ਰਹਿਣਾ ਪ੍ਰੈਫਰ ਕਰ ਰਹੇ ਹਨ, ਜਦਕਿ ਗਵਰਨਮੈਂਟ ਔਫ BC ਦੇ ਵੱਲੋਂ ਕੋਈ ਵੀ ਲੋਕਡਾਊਨ ਡਿਕਲੇਅਰ ਨਹੀਂ ਕੀਤਾ ਗਿਆ ਹੈ। ਪਰ ਉਹ ਪੂਰੀ ਕੋਸ਼ਿਸ਼ ਕਰ ਰਹੇ ਹਨ ਕਿ ਉਹ ਆਪਣੇ ਸਿਟੀਜ਼ਨਸ ਦੇ ਲਈ ਪੂਰੀ ਸਪੋਰਟ ਦੇਣ। ਆਓ ਹੁਣ ਆਪਾਂ ਇੱਕ ਨਜ਼ਰ ਪਾਉਂਦੇ ਹਾਂ ਸਰੀ ਦੇ ਸ਼ਹਿਰ ਤੇ। ਜੀ, ਅਸੀਂ ਇਸ ਵੇਲੇ ਖੜ੍ਹੇ ਹਾਂ ਸਰੀ ਦੇ ਪਾਲ ਬਿਜ਼ਨਸ ਸੈਂਟਰ ਦੇ ਵਿੱਚ। ਇਹ ਸਰੀ ਦਾ ਸਭ ਤੋਂ ਬਿਜ਼ੀਐਸਟ ਪਲਾਜ਼ਾ ਆ, ਪਰ ਜਿੱਦਾਂ ਕਿ ਤੁਸੀਂ ਦੇਖ ਸਕਦੇ ਹਾਂ ਇਸ ਟਾਈਮ ਇਹ ਬਹੁਤ ਹੱਦ ਤੱਕ ਖਾਲੀ ਹੈ। ਮੋਸਟਲੀ ਸਾਰੇ ਲੋਕਾਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਹਨ, ਅਤੇ ਜਾਂ ਫਿਰ ਉਹ ਵਰਕ ਫਰੋਮ ਹੋਮ ਕਰ ਰਹੇ ਆ, ਪਰ ਕਈ ਕੁਛ ਲੋਕ ਹਨ ਜਿਨ੍ਹਾਂ ਨੇ ਆਪਣੀਆਂ ਦੁਕਾਨਾਂ ਖੁੱਲ੍ਹੀਆਂ ਰੱਖੀਆਂ ਹਨ। ਗਵਰਨਮੈਂਟ ਨੇ ਕੁਛ ਲੋਕਡਾਊਨ ਡਿਕਲੇਅਰ ਨਹੀਂ ਕੀਤਾ ਹੈ, ਬਟ ਉਹ ਲੋਕਾਂ ਨੂੰ ਇਹ ਕਹਿ ਰਹੇ ਨੇ ਕਿ ਉਹ ਵੱਧ ਤੋਂ ਵੱਧ ਘਰ ਰਹਿਣ ਅਤੇ ਸਿਰਫ ਜ਼ਰੂਰਤਮੰਦ ਖਰੀਦਦਾਰੀ ਲਈ ਬਾਹਰ ਆਉਣ, ਜਿੱਥੇ ਕਿ ਕੁਝ ਲੋਕ ਇਸ ਚੀਜ਼ ਨੂੰ ਸਹਿਯੋਗ ਕਰ ਰਹੇ ਹਨ। ਕਈ ਲੋਕ ਹਨ ਜੋ ਸਿਰਫ ਆਪਣੇ ਐਂਟਰਟੇਨਮੈਂਟ ਲਈ ਜਾਂ ਫਿਰ ਜਿਹੜੀ ਚੀਜ਼ ਦੀ ਜ਼ਰੂਰਤ ਨਹੀਂ ਹੈ ਉਸਦੀ ਖਰੀਦਦਾਰੀ ਲਈ ਬਾਹਰ ਨਿਕਲਦੇ ਹਨ, ਉਹ ਇਸ ਬਿਮਾਰੀ ਦੀ ਗੰਭੀਰਤਾ ਨੂੰ ਨਹੀਂ ਸਮਝ ਪਾ ਰਹੇ ਹਨ। ਗਵਰਨਮੈਂਟ ਨੂੰ ਇਹਨਾਂ ਲੋਕਾਂ ਦੇ ਖਿਲਾਫ ਸਖ਼ਤ ਐਕਸ਼ਨ ਲੈਣਾ ਚਾਹੀਦਾ ਹੈ ਅਤੇ ਜਿੰਨਾ ਜਲਦੀ ਹੋ ਸਕੇ ਲੋਕਡਾਊਨ ਡਿਕਲੇਅਰ ਕਰਨਾ ਚਾਹੀਦਾ ਹੈ, ਸੋ ਕਿ ਇਹ ਜਿਹੜੀ ਬਿਮਾਰੀ ਆ ਇਹ ਇੱਥੇ ਹੀ ਰੁਕ ਜਾਵੇ ਅਤੇ ਇਹ ਜ਼ਿਆਦਾ ਨਾ ਫੈਲੇ। ਮੈਂ ਗੁਰਸਿਮਰਨ ਬਸਰਾ, ਕੋਮਲ ਬਸਰਾ ਦੇ ਨਾਲ ਨਵਰੰਗ TV ਵੱਲੋਂ ਸਰੀ ਕੈਨੇਡਾ ਤੋਂ। ਧੰਨਵਾਦ। ਨਵੀਆਂ ਅਤੇ ਤਾਜ਼ਾ ਤਰੀਨ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ YouTube ਚੈਨਲ ਲਾਈਕ ਕਰੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।